ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਵਿਰਸਾ ਕੀ ਹੈ ਸਾਡਾ ਵਿਰਸਾ ਹੈ ਸਰਬਤ ਦਾ ਭਲਾ ਮੰਗਣਾ ਸੰਸਾਰ ਵੱਲੋਂ ਜਦ ਆਪਾਂ ਝਾਤ ਮਾਰਦੇ ਹਾਂ ਤਾਂ ਕੋਈ ਆਪਣੇ ਭਲੇ ਲਈ ਅਰਦਾਸ ਕਰਦਾ ਹੈ ਕੋਈ ਆਪਣੇ ਪਰਿਵਾਰ ਦਾ ਭਲਾ ਮੰਗਦਾ ਹੈ ਕੋਈ ਆਪਣੇ ਨਗਰ ਪ੍ਰਾਂਤ ਦਾ ਭਲਾ ਮੰਗਦਾ ਹੈ ਕੋਈ ਇਸ ਵਲਗਣ ਤੋਂ ਉੱਪਰ ਉੱਠ ਕੇ ਦੇਸ਼ ਦਾ ਭਲਾ ਮੰਗਦਾ ਹੈ ਪਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰੇ ਵਿਸ਼ਵ ਦੇ ਭਲੇ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਕੇ ਸਰਬਤ ਦਾ ਭਲਾ ਮੰਗਿਆ ਅਤੇ ਸਰਬਤ ਦਾ ਭਲਾ ਮੰਗਣ ਦੀ ਪ੍ਰੇਰਣਾ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਆਪਾਂ ਸਾਹਿਬਾ ਦਾ ਬਚਨ ਪੜ੍ਹਦੇ ਹਾਂ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉੱਭਰੇ ਤਿੱਤੇ ਲਹਿੋ ਉਬਾਰ ਏ ਵਾਹਿਗੁਰੂ ਸਾਰਾ ਸੰਸਾਰ ਈਰਖਾ ਦਵੇਸ਼ ਪਰੇਸ਼ਾਨੀਆਂ ਵਿੱਚ ਦਿਨ ਰਾਤ ਸੜ ਰਿਹਾ ਹੈ ਆਪ ਮਿਹਰ ਕਰਕੇ ਸਾਰੇ ਸੰਸਾਰ ਦੀ ਰੱਖਿਆ ਕਰੋ ਜਿਸ ਢੰਗ ਤਰੀਕੇ ਨਾਲ ਵੀ ਕੋਈ ਬਚ ਸਕਦਾ ਹੈ ਉਸੇ ਤਰੀਕੇ ਨਾਲ ਉਸ ਨੂੰ ਬਚਾ ਲਵੋ ਸਤਿਗੁਰੂ ਅਰਜਨ ਦੇਵ ਜੀ ਨੇ ਪ੍ਰਭੂ ਦੇ ਚਰਨਾਂ ਵਿੱਚ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਜੋ ਪੜਨ ਯੋਗ ਹੈ ਸਭੇ ਜੀ ਸੰਮਾਲ ਆਪਣੀ ਮਿਹਰ ਕਰ ਅਨ ਪਾਣੀ ਮੁੱਚ ਉਪਾਏ ਦੁਖ ਦਾਲਦ ਭੰਨ ਤਰ ਜਦੋਂ ਆਪਾਂ ਆਪਣੀ ਅਰਦਾਸ ਦੇ ਵਿਰਸੇ ਵੱਲ ਹੀ ਝਾਤੀ ਮਾਰਦੇ ਹਾਂ ਸਾਨੂੰ ਆਪਣੇ ਗੌਰਵਮਈ ਵਿਰਸੇ ਦਾ ਗਿਆਨ ਪ੍ਰਾਪਤ ਹੁੰਦਾ ਹੈ ਸਿੱਖ ਜਦੋਂ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ ਆਪਣੇ ਲਈ ਭਾਵੇਂ ਲੋਕ ਪਰਲੋਕ ਦੀਆਂ ਅਨੇਕ ਦਾਤਾਂ ਮੰਗੀ ਜਾਵੇ ਆਪਣੇ ਪਰਿਵਾਰ ਦਾ ਭਲਾ ਮੰਗੀ ਜਾਵੇ ਪਰ ਗੁਰ ਸਿੱਖ ਦੀ ਅਰਦਾਸ ਉਹਨਾ ਚਿਰ ਸੰਪੂਰਨ ਨਹੀਂ ਹੁੰਦੀ ਜਿੰਨਾ ਚਿਰ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸ਼ਬਦ ਨਹੀਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ